ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਮੈਂ ਬਣਾਈਆਂ ਹੈਗੀਆਂ ਪਿੰਨੀਆਂ, ਇਹ ਸਰਦੀਆਂ ਦੇ ਲਈ ਬਣਾਈਆਂ ਹੈਗੀਆਂ ਨੇ ਅਤੇ ਇਹਦੇ ਵਿੱਚ ਕਾਫੀ ਮੈਂ ਡਰਾਈ ਫਰੂਟ ਵਗੈਰਾ ਪਾਏ ਨੇ ਅਤੇ ਬਹੁਤ ਹੀ ਹੈਲਦੀ ਨੇ ਅਤੇ ਬਹੁਤ ਹੀ ਟੇਸਟੀ ਨੇ, ਔਰ ਇਹਦੇ ਵਿੱਚ ਮੈਂ ਚੀਨੀ ਨਹੀਂ ਪਾਈ ਹੈਗੀ, ਇਸ ਕਰਕੇ ਬਹੁਤ ਵਧੀਆ ਹੈਲਦੀ ਬਣੀਆਂ ਨੇ ਇਹ। ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਅਤੇ ਸ਼ੇਅਰ ਕਰ ਦਿਓ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਜਿਹੜੀ ਛੋਟੀ ਜਿਹੀ ਬੈਲ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਹੁਣ ਆਪਾਂ ਚੱਲਦੇ ਵੀਡੀਓ ਵੱਲ। ਮੈਂ ਸਭ ਤੋਂ ਪਹਿਲਾਂ ਪਾਇਆ ਹੈਗਾ ਇਹਦੇ ਵਿੱਚ ਕੜਾਹੀ ਲਈ ਆ, ਲੋਹੇ ਦੀ ਕੜਾਹੀ ਲਈ ਆ ਮੈਂ, ਤੁਸੀਂ ਕੋਈ ਵੀ ਲੈ ਸਕਦੇ ਹੋ, ਵੈਸੇ ਨੌਨ ਸਟਿਕ ਹੋਵੇ ਜਾਂ ਲੋਹੇ ਦੀ ਹੋਵੇ ਵਧੀਆ ਰਹਿੰਦੀ ਆ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਘਿਓ ਪਾ ਕੇ ਬਦਾਮ ਵਗੈਰਾ ਭੁੰਨ ਲੂੰਗੀ, ਡਰਾਈ ਫਰੂਟ ਜਿਹੜੇ ਮੈਂ ਪਾਏ ਆ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਮੈਂ ਕਰੂੰਗੀ, ਇਸ ਨਾਲ ਜਿਹੜਾ ਟੇਸਟ ਆ ਉਹ ਸਭ ਪੰਜੀਰੀ ਦਾ ਵਧੀਆ ਹੋ ਜਾਂਦਾ, ਤੁਸੀਂ ਉੱਦਾਂ ਹੀ ਪਾ ਸਕਦੇ ਆ, ਪਰ ਜਦੋਂ ਆਪਾਂ ਥੋੜ੍ਹੇ ਜਿਹੇ ਘਿਓ ਦੇ ਵਿੱਚ ਇਹਨਾਂ ਨੂੰ ਫਰਾਈ ਕਰਕੇ ਪਾ ਦਿੰਦੇ ਤਾਂ ਟੇਸਟ ਬਹੁਤ ਵਧੀਆ ਹੋ ਜਾਂਦਾ ਇਹਨਾਂ ਦਾ, ਇਸ ਕਰਕੇ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕਰਾਂਗੇ, ਬਹੁਤ ਜ਼ਿਆਦਾ ਨਹੀਂ ਕਰਨੇ ਹੈਗੇ। ਗਰਮ ਘਿਓ ਦੇ ਵਿੱਚ ਪਾ ਕੇ ਮੈਂ ਥੋੜ੍ਹਾ ਜਿਹਾ ਇਹਨੂੰ ਫਰਾਈ ਕਰ ਲਿਆ, ਸਾਰੀਆਂ ਚੀਜ਼ਾਂ ਨੂੰ ਇੱਦਾਂ ਕਰ ਲੂੰਗੀ ਥੋੜ੍ਹਾ ਥੋੜ੍ਹਾ। ਸਭ ਤੋਂ ਪਹਿਲਾਂ ਕਿਤੇ ਬਦਾਮ, ਇਸ ਤੋਂ ਬਾਅਦ ਕਰੂੰਗੀ ਮੈਂ ਕਾਜੂ, ਹੁਣ ਕਾਜੂ ਇੱਕ ਇੱਕ ਮੈਂ ਸਾਰੇ ਆਪਣੇ ਤੁਸੀਂ ਹਿਸਾਬ ਨਾਲ ਲੈ ਲੈਣੇ, ਇੱਕ ਕੱਪ ਦੇ ਕਰੀਬ ਲਏ ਆ ਮੈਂ ਸਾਰੀਆਂ ਚੀਜ਼ਾਂ। ਡਰਾਈ ਫਰੂਟ ਆਪਾਂ ਪੰਜੀਰੀ ਦੇ ਵਿੱਚ ਜਿੰਨਾ ਵੀ ਪਾ ਸਕਦੇ, ਜਿੰਨਾ ਕੁ ਆਪਣੀ ਮਰਜ਼ੀ ਆ, ਵੱਧ ਵੀ ਪਾ ਸਕਦੇ ਹਾਂ ਘੱਟ ਵੀ ਪਾ ਸਕਦੇ ਹਾਂ, ਕੋਈ ਇੱਦਾਂ ਨਹੀਂ ਹੁੰਦਾ ਕਿ ਇੰਨਾ ਜੇ ਇੰਨੇ ਜਿੰਨਾ ਪੈਣਾ, ਇੱਦਾਂ ਨਹੀਂ ਹੁੰਦਾ, ਕੋਈ ਚੀਨੀ ਦਾ ਜ਼ਰੂਰ ਹੁੰਦਾ ਆ ਕਿ ਮਿੱਠਾ ਆਪਾਂ ਜਿੰਨਾ ਆਟਾ ਪਾਇਆ ਅਤੇ ਉੱਨਾ ਹੀ ਪਾਉਣਾ ਹੈਗਾ, ਉਹ ਵੀ ਜੇ ਆਪਾਂ ਘੱਟ ਖਾਣਾ ਤਾਂ ਕਈ ਵਾਰੀ ਘੱਟ ਪਾ ਸਕਦੇ ਹਾਂ, ਪਰ ਇੰਨਾ ਕੁ ਸਹੀ ਰਹਿੰਦਾ ਆ, ਪਰ ਬਾਕੀ ਡਰਾਈ ਫਰੂਟ ਵਗੈਰਾ ਆਪਾਂ ਜਿੰਨੇ ਵੀ ਜੀ ਕਰਦਾ ਉਹਨੇ ਪਾ ਸਕਦੇ ਹਾਂ। ਆਪਾਂ ਆਹ ਦੇਖੋ ਕਾਜੂ ਵੀ ਹੋ ਗਏ ਫਰਾਈ ਮੇਰੇ ਥੋੜ੍ਹੇ ਜਿਹੇ, ਬਹੁਤੇ ਬਰਾਊਨ ਨਹੀਂ ਕਰਨੇ ਹੈਗੇ, ਬਸ ਥੋੜ੍ਹੇ ਜਿਹੇ ਕਰਨੇ ਆ ਇਹ, ਆਪਾਂ ਨੂੰ ਪਤਾ ਲੱਗ ਜਾਵੇ ਅਸੀਂ ਭੁੰਨੇ ਗਏ ਇਹ, ਬਸ ਥੋੜ੍ਹੇ ਜਿਹੇ ਤੇਲ ਹੈਗਾ ਗਰਮ, ਇਹਦੇ ਵਿੱਚ ਹੁਣ ਮੈਂ ਪਾ ਦੂੰਗੀ ਆਹ ਫੁੱਲ ਮਖਾਣੇ ਆ, ਇਹ ਵੀ ਬਹੁਤ ਹੈਲਦੀ ਹੁੰਦੇ ਨੇ ਹੱਡੀਆਂ ਲਈ, ਆਪਣੇ ਮਜ਼ਬੂਤੀ ਲਈ, ਇਹ ਵੀ ਪਾਏ ਨੇ ਮੈਂ ਥੋੜ੍ਹੇ ਜਿਹੇ, ਇਹਨਾਂ ਨੂੰ ਫਰਾਈ ਕਰਨ ਬਹੁਤ ਕ੍ਰਿਸਪੀ ਹੋ ਜਾਣੇ ਅਤੇ ਔਰ ਇੱਦਾਂ ਹੀ ਟੁੱਟ ਜਾਣੇ ਫਿਰ ਬਸ ਕਰਨ ਨਾਲ ਨਾ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਫਰਾਈ ਕਰ ਲੂੰਗੀ, ਬਸ ਮੋਇਸਚਰ ਚਲਾ ਜਾਵੇ ਇਹਨਾਂ ਦੇ ਚੰਗੀ ਤਰ੍ਹਾਂ ਹੋ ਜਾਣੇ ਫਰਾਈ, ਇਸ ਤੋਂ ਬਾਅਦ ਇਹਨਾਂ ਨੂੰ ਵੀ ਕੱਢ ਲੂੰਗੀ। ਹਰ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਕੋਈ ਵੀ ਚੀਜ਼ ਜਲੇ ਨਾ ਵਿੱਚ, ਬਸ ਆਪਾਂ ਇੰਨੀ ਕਰਨੀ ਹੈਗੀ ਕਿ ਜਲੇ ਨਾ, ਸਾਰੀਆਂ ਚੀਜ਼ਾਂ ਮੈਂ ਇੱਕ ਪੈਨ ਦੇ ਵਿੱਚ ਕੱਢ ਲਈਆਂ, ਇੱਕ ਥਾਲ ਦੇ ਵਿੱਚ, ਥੋੜ੍ਹਾ ਜਿਹਾ ਘਿਓ ਬਚਿਆ ਇਹਦੇ ਵਿੱਚ, ਇਹ 'ਚ ਮੈਂ ਪਾਊਂਗੀ ਖਸਖਸ, ਹੁਣ ਖਸਖਸ ਬਹੁਤ ਜ਼ਿਆਦਾ ਘਿਓ 'ਚ ਨਹੀਂ ਮੈਂ ਪਾਈ ਹੈ ਕਿਉਂਕਿ ਫਿਰ ਘਿਓ ਦੇ ਵਿੱਚੋਂ ਕੱਢਣਾ ਔਖਾ ਹੋ ਜਾਂਦਾ ਇਹਨੂੰ, ਇਸ ਕਰਕੇ ਮੈਂ ਇੰਨਾ ਕਿ ਤਾਂ ਕਰਕੇ ਲਾਸਟ ਵਿੱਚ ਪਾਈ ਹੈ ਕਿ ਥੋੜ੍ਹੇ ਜਿਹੇ ਘਿਓ 'ਚ ਭੁੰਨ ਕੇ ਬਸ ਮੈਂ ਨਾਲ ਦੀ ਨਾਲ ਇਹਨੂੰ ਕੱਢ ਲੂੰਗੀ ਔਰ ਕੜਾਹੀ ਸਾਫ਼ ਹੋ ਜੂਗੀ, ਇਹਨੂੰ ਵੀ ਮੈਂ ਭੁੰਨ ਲੂੰਗੀ ਬਸ ਥੋੜ੍ਹਾ ਜਿਹਾ ਫਰਾਈ ਕਰਕੇ, ਕੱਚੀ ਜੀ ਨਾ ਰਹੇ ਬਸ, ਕੱਚਾ ਬਣੇ ਤਾਂ ਚਲਾ ਜਾਵੇ, ਸਾਰੀਆਂ ਚੀਜ਼ਾਂ ਧਿਆਨ ਨਾਲ ਫਰਾਈ ਕਰਨੀਆਂ ਕਿ ਬਹੁਤ ਜ਼ਿਆਦਾ ਨਾ ਹੋਣ ਅਤੇ ਘੱਟ ਵੀ ਨਾ ਰਹਿਣ, ਕੱਚੀਆਂ ਜੀਆਂ ਵੀ ਨਾ ਰਹਿਣ ਬਸ, ਖਸਖਸ ਵੀ ਆਲਮੋਸਟ ਹੋ ਗਈ ਹੋਈ ਆ, ਇਹਨੂੰ ਵੀ ਆਪਾਂ ਕੱਢ ਲਾਂਗੇ, ਗੈਸ ਮੈਂ ਬਹੁਤ ਘੱਟ ਰੱਖੀ ਹੋਈ ਆ, ਇਹਦੇ ਲਈ ਬਹੁਤ ਤੇਜ਼ ਨਹੀਂ ਕੀਤੀ ਹੈਗੀ ਗੈਸ ਕਿਉਂਕਿ ਫਿਰ ਸੜ ਨਾ ਜਾਵੇ, ਕਰਕੇ ਬਹੁਤ ਘੱਟ ਗੈਸ 'ਤੇ ਕੀਤਾ, ਇਹਨੂੰ ਬਹੁਤ ਬਰੀਕ ਹੁੰਦੀ ਆ ਨਾ ਇਹ ਵੀ ਜਲੇ ਨਾ, ਸਾਰੇ ਡਰਾਈ ਫਰੂਟ ਮੈਂ ਕਰ ਲਏ ਹੈਗੇ ਆ, ਇੱਕ ਥਾਲ ਦੇ ਵਿੱਚ ਕੱਢ ਲਿਆ ਅਤੇ ਮੈਂ ਜਿਹੜੀ ਖਸਖਸ ਆ ਉਹ ਅਲੱਗ ਕੱਢੀ ਆ ਕਿਉਂਕਿ ਉਹਦੇ ਵਿੱਚ ਨਹੀਂ ਪਾਈ ਹੈਗੀ ਮੈਂ, ਉਹ ਉਹਨੂੰ ਅਲੱਗ ਤੋਂ ਪੀਸੂੰਗੀ, ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪਾ ਕੇ ਔਰ ਬਸ ਮੈਂ ਦਰਦਰਾ ਪੀਸ ਲੈਣਾ ਹੈਗਾ, ਬਹੁਤ ਜ਼ਿਆਦਾ ਨਹੀਂ ਪੀਸਣਾ, ਸਭ ਤੋਂ ਪਹਿਲਾਂ ਕਾਜੂ ਪੀਸੂੰਗੀ ਔਰ ਬਦਾਮ, ਇਹ ਦੋਨੇ ਚੀਜ਼ਾਂ ਆਪਾਂ ਇਕੱਠੀਆਂ ਪੀਸ ਸਕਦੇ ਕਿਉਂਕਿ ਸੇਮ ਜੀਆਂ ਹੁੰਦੀਆਂ ਨੇ, ਔਰ ਜਿਹੜੇ ਉਹ ਹੈਗੇ ਆ ਫੁੱਲ ਮਖਾਣੇ ਇਹਨਾਂ ਨੂੰ ਆਪਾਂ ਬਾਅਦ 'ਚ ਪੀਸਾਂਗੇ, ਬਦਾਮ ਵੀ ਵਿੱਚ ਪਾ ਲਿਆ ਮੈਂ, ਦੋਨੇ ਚੀਜ਼ਾਂ ਇਕੱਠੀਆਂ ਪੀਸ ਲੂੰਗੀ, ਇਹ ਦੇਖੋ ਦਰਦਰੀਆਂ ਪੀਸ ਲਈਆਂ ਨੇ ਇਹਨਾਂ ਨੂੰ ਕੱਢ ਕੇ ਵਿੱਚੋਂ, ਬਦਾਮ ਵਿੱਚ ਥੋੜ੍ਹੇ ਜਿਹੇ ਰਹਿ ਗਏ ਨੇ ਵਿੱਚ ਜਿਹੜੇ ਨਹੀਂ ਪੀਸੇ, ਇਹਨਾਂ ਨੂੰ ਮੈਂ ਦੁਬਾਰਾ ਕੱਢ ਲਿਆ ਵਿੱਚ, ਨਾਲ ਮਖਾਣੇ ਹੀ ਪਾਤੇ ਆ ਅਤੇ ਇਹਨਾਂ ਨੂੰ ਮੈਂ ਸਾਰੇ ਇਹਨਾਂ ਨੂੰ ਪੀਸ ਲੂੰਗੀ, ਦਰਦਰੀਆਂ ਸਾਰੀਆਂ ਚੀਜ਼ਾਂ ਪੀਸੀਆਂ ਗਈਆਂ, ਹੁਣ ਮੈਂ ਪੀਸੂੰਗੀ ਖਸਖਸ, ਖਸਖਸ ਵੀ ਹੋ ਗਿਆ ਦੇਖੋ ਇਹਨੂੰ ਵੀ ਕੱਢ ਲੂੰਗੀ, ਸੋਰੀ ਉਹ ਕੱਢਿਆ ਇਹਦੀ ਖਸਖਸ ਪਾਊਂਗੀ, ਹੁਣ ਮੈਂ ਖਸਖਸ ਵੀ ਪੀਸ ਲੂੰਗੀ ਇੱਦਾਂ ਹੀ ਬਰੀਕ ਬਰੀਕ, ਦਰਦਰੀ ਪੀਸਣੀ ਹਰੇਕ ਚੀਜ਼, ਬਹੁਤ ਜ਼ਿਆਦਾ ਵੀ ਨਹੀਂ ਪੀਸਣੀ ਹੈਗੀ, ਤੁਸੀਂ ਬਿਲਕੁਲ ਪਾਊਡਰ ਨਹੀਂ ਬਣਾਇਆ ਮੈਂ, ਪਤਾ ਵੀ ਲੱਗੇ ਕਿ ਚੀਜ਼ ਵਿੱਚ ਡਰਾਈ ਫਰੂਟ ਹੈਗੇ ਔਰ ਪਾਏ ਵੀ ਜਾਣ, ਖਸਖਸ ਵੀ ਪੀਸ ਕੇ ਮੈਂ ਕੱਢ ਲਈਆ, ਡਰਾਈ ਫਰੂਟ ਆਪਣੇ ਸਾਰੇ ਹੋ ਗਏ ਤਿਆਰ, ਜਿਹੜੀ ਚੀਜ਼ਾਂ ਹੀ ਪੰਜੀਰੀ ਵਿੱਚ ਪਾਉਣੀਆਂ ਨੇ ਆਪਾਂ, ਇਸ ਤੋਂ ਬਾਅਦ ਮੈਂ ਅਦਰਕ ਦਾ ਪਾਊਡਰ ਪਾਊਂਗੀ, ਮੇਰੇ ਕੋਲ ਪੀਸਿਆ ਹੋਇਆ ਹੀ ਆ ਉੱਦਾਂ ਹੀ ਪਾ ਦੇਣਾ ਮੈਂ,
मैं भुनूगी आटा, इसलिए मैं पाया है घ्यो विच। आप बहुत घट घ्यो दे पनीरी बनानी है, गुड़ की बनानी है, घ्यो ज़्यादा नहीं पाना है, इन्ना की पाना, बस आटा भुज जाए अपना, बाइंड करने लिए आप गुड़ की वरतों कर लेंगे। घ्यो पिघल गया, ये पाऊंगी मैं आटा हूँ, तो जिन्ना मैं आटा पाऊंगी इन्ना ही मैं मिठा पाना, ये ध्यान रखना इन्नी गल का, गुड़ का जोड़ा मिठा होंगे बहुत तेज़ जी, जो चीनी पाने आप बहुत तेज़ जी होंगी, मिठिया मिठास ज़्यादा होंगी वो, तो गुड़ जोड़ा बहुत मिठा जहा नहीं लगता है, इस करके वधिया लगता है, शुगर के मरीजों लिए भी तकरीबन ठीक रहता है। भुन लूँगी मैं आटा चंगी तरह, भुनना कच्चा ना रहे आटा, इन्ना ध्यान रखना है, आटे ने भुनने वेले बहुत ज़्यादा थले जले भी ना, ये आप जल्दी जल्दी हिलाना कि थले जले भी ना और बने भी वधिया, भुज भी जाए कच्चा भी ना रहे, गैस का फ्लेम मैं लो रखे हुआ ता जो जले ना थले, क्योंकि सुक्का जहा आटा है बहुत जल्दी जल जाना है, क्योंकि आप घ्यो बहुत घट पाया, लोड़ पवे तो होर पा लेंगे थोड़ा जहा, थोड़ा जहा घ्यो होर पा लिया, देखो हो गया फ्राई, कलर चेंज हो चलिया आटे का, चंगी तरह ब्राउन कर लेना इन, आपने आटा कच्चा नहीं रहना चाहिए, आटा ब्राउन होना चाहिए, बहुत लो फ्लेम पर कर रही हूँ मैं ता जो जले ना थले, जिन्ना आप प्यार ना करांगे सारा प्रोसैस भी बहुत काली नहीं करनी, आप आराम नाल करांगे उन्ना ही अपना वधिया होगा, थोड़ी जी जिते आप काली की और जल्दी करने की कोशिश की, गैस का फ्लेम तेज़ किया, उदों ही अपनी चीज़ में जोड़ा है सारा टेस्ट खराब हो जाना, जल जाना थले, बहुत आराम नाल करने वाला सारा प्रोसैस हैगा ये, देखो आटा ब्राउन हो गया अपना, इन्हें काट लूँगी मैं, गैस में बंद की हुई है थले, गैस बंद करके हिला रही हूँ क्योंकि कढ़ाई हैगी गर्म, जो इन्हें छाड़ता तो थलों थलों जल जाना है, इस करके मैं तो हिला रही हूँ, गैस में बंद करती हुई है, हूँ मैं वड्डी कढ़ाई लई है जो मैं सारा कुछ पा के मिक्स करूँगी, क्योंकि छोटी है ना वो पैना नहीं सारा समान मेरा, इस करके मैं वड्डी कढ़ाई लई है, मैं आटा ही पा लूँगी, ड्राई फ्रूट पा ले सारे, ये वड्डे भांडे दे विच आपां सारे जां परात भी लै सकते हैं, तुसीं कढ़ाई लै सकते हैं, मैं वड्डी कढ़ाई लै ली, इस मैं बनाए ताने हैं क्योंकि कढ़ाई है कि पतली स्टील दी है, इस थले जल जाना सी, इस करके मैं पहला इहदे विच नहीं फ्राई किया है, फ्राई मैं लोहे की कढ़ाई च किया और मैं इहदे विच पा के मिक्स करूँगी सारा इहनूं, हुण मैं उही कढ़ाई साफ कर ली लोहे की, इस मैं पाया गुड़, जिहड़ा गुड़ है इहनूं मैल्ट करना, बस जिन्ना आटा उन्ना ही गुड़ पाया, थोड़ा सॉलिड करके अपन लग रहा है आटा पर उन्ना ही है, इन्हों मैं पिघला लूँगी चंगी तरह, मेल्ट करना गुड़ नूं, थोड़ा जहा पानी पाया, बस दो चार चमचे पानी दे पाया, बहुत ज़्यादा नहीं पाया, थोड़ा जहा पानी पा लेना ता जले ना, उन्होंने चंगी तरह मेल्ट करके गुड़ नूं दबा दबा के तोड़ लेना नाल दी नाल, ते नाल दी नाल आपां इहनूं पिघला लेना, काफ़ी हो चलिया देखो मेल्ट, नाल दी नाल तोड़ दे रहना आपां, क्योंकि गर्म होकर जिहड़ियां गुठलियां ने डलियां ने इन्हां ने अपने आप टुटना शुरू हो जाना, थोड़ा दबावेंगे तो नाल नाल टुट जूगी, ये कोई तुसीं कोई मधाणी नाल भी दबा सकते हो, लक्कड़ की चीज़ ना भी दबा सकते, चम्मच ना भी दबा सकते हैं, दबाने तो नाल दी नाल टुट के हो जाता, आ देखो हो गई बिल्कुल सारा कुछ मेल्ट हो गया अपना गुड़, बस और इन्हें ज़्यादा नहीं करना है कि काला हो जाए, बस इन्हें सिर्फ मेल्ट करके आप पा देना है, ध्यान रखना बहुत जल्दी इन्हें ठंडा हो जाना, इस करके बना दी नाले नूं ला लेना है, ठंडा होने तो पहला पहला सारे विच मिक्स कर लेना आप चंगी तरह, इनू यह प्रोसैस थोड़ा तेज़ करने वाला है, बहुत गर्म गुड़ इस करके हाथ ना कर नहीं सकते, हूँ मैं पाले च अदरक का पाउडर पाता, ये पीसिया हुआ मेरे को हैगा सी तो उदा ही पाता मैं, गर्म बहुत है, थोड़ा थोड़ा मैं हौली हौली करूँगी, चम्मच नाल ही रला लूँगी पहला, कि गर्म बहुत तेज़ आ तो हाथ जलन का डर है मेरा, चम्मच ना मिक्स करके इनू उस बाद लड्डू बना दूंगी मैं, ये तुम इदा भी खा सकते हैं, पर पिनिया की शेप जी आप खाना सौखा हो जाता थोड़ा जहा, तो करके आप पिनिया बना लें भी खाना सौखा रहे।
ਚੰਗੀ ਤਰ੍ਹਾਂ ਸਾਰੇ ਪਾਸੇ ਮਿਕਸ ਕਰ ਲੈਣਾ ਤਾਂ ਜੋ ਕਿਸੇ ਪਾਸੇ ਵੀ ਗੁੜ ਘੱਟ ਨਾ ਰਹੇ ਅਤੇ ਕਿਸੇ ਪਾਸੇ ਜ਼ਿਆਦਾ ਨਾ ਰਹੇ, ਸਾਰਿਆਂ 'ਚ ਇੱਕੋ ਜਿਹੀ ਮਿਠਾਸ ਆਵੇ, ਇਸ ਕਰਕੇ ਸਾਰੀਆਂ ਚੀਜ਼ਾਂ ਆਪਾਂ ਨਾਲ ਮਿਕਸ ਕਰਨੀਆਂ ਨੇ ਇੱਕੋ ਜਿਹੀਆਂ। ਸਾਰਾ ਹੋ ਗਿਆ ਮਿਕਸ ਆਪਣਾ, ਆ ਦੇਖੋ ਜੁੜਨ ਲੱਗ ਗਈਆਂ ਪਿੰਨੀਆਂ। ਜੇ ਆਪਾਂ ਥੋੜ੍ਹਾ ਜਿਹਾ ਵੀ ਘੱਟ ਰੱਖੂਗਾ ਆਪਾਂ ਫਿਰ ਥੋੜ੍ਹਾ ਜਿਹਾ ਘਿਓ ਹੋਰ ਪਾ ਸਕਦੇ ਹਾਂ ਵਿੱਚ। ਹੁਣ ਮੈਂ ਇੱਦਾਂ ਕਰਕੇ ਤੁਸੀਂ ਸ਼ੇਪ ਕੋਈ ਵੀ ਦੇ ਸਕਦੇ ਹਾਂ, ਜਿਵੇਂ ਗੋਲ ਵੀ ਬਣਾ ਸਕਦੇ ਹਾਂ। ਹੁਣ ਮੈਂ ਇੱਦਾਂ ਹੀ ਮੁੱਠੀ 'ਚ ਬਣਾ ਲਈ ਆ, ਇੱਦਾਂ ਹੀ ਵਧੀਆ ਲੱਗਦੀਆਂ ਨੇ। ਜੇ ਤੁਸੀਂ ਗੋਲ ਪਿੰਨੀ ਦੀ ਸ਼ੇਪ ਦੇ ਲਓ ਉਹ ਵੀ ਠੀਕ ਆ, ਪਰ ਮੈਂ ਇੱਦਾਂ ਹੀ ਬਣਾਊਂਗੀ। ਇੱਦਾਂ ਸੌਖੀਆਂ ਥੋੜ੍ਹੀਆਂ ਜਿਹੀਆਂ ਆਸਾਨੀ ਨਾਲ ਬਣ ਜਾਂਦੀਆਂ ਨੇ। ਦੇਖੋ ਸਾਰੀਆਂ ਪਿੰਨੀਆਂ ਮੈਂ ਇੱਦਾਂ ਬਣਾ ਕੇ ਕਰ ਲੈਣੀਆਂ ਤਿਆਰ, ਬਹੁਤ ਟੇਸਟੀ, ਬਹੁਤ ਹੀ ਵਧੀਆ ਬਣ ਗਈਆਂ ਨੇ, ਬਹੁਤ ਹੈਲਦੀ ਨੇ। ਇੱਕ ਪਿੰਨੀ ਖਾ ਲਓ ਆਪਾਂ ਸਵੇਰੇ ਚਾਹ ਨਾਲ ਜਾਂ ਦੁੱਧ ਨਾਲ, ਆਪਾਂ ਪੂਰਾ ਦਿਨ ਆਪਾਂ ਨੂੰ ਐਨਰਜੀ ਰਹੂਗੀ, ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀ ਖਸਖਸ ਪਾਈ ਆ ਉਹ ਵੀ, ਔਰ ਕਾਜੂ ਜਿਹੜਾ ਫੁੱਲ ਮਖਾਣੇ ਪਾਏ ਉਹ ਵੀ, ਕਾਜੂ ਬਦਾਮ ਤਾਂ ਹੈ ਹੀ ਆ, ਔਰ ਜਿਹੜੀ ਸੁੰਡ ਪਾਈ ਆ ਉਹਦੇ ਨਾਲ ਵੀ ਆਪਾਂ ਨੂੰ ਕਾਫੀ ਜਿਹੜੇ ਸਰਦੀਆਂ ਦੇ ਵਿੱਚ ਆਰਾਮ ਰਹਿਣਾ ਆ। ਬਹੁਤ ਹੈਲਦੀ ਬਣੀਆਂ ਨੇ, ਬਹੁਤ ਵਧੀਆ ਨੇ, ਬਿਲਕੁਲ ਠੰਡੀਆਂ ਹੋ ਗਈਆਂ, ਦੇਖੋ ਹਾਰਡ ਹੋ ਗਈਆਂ ਨੇ ਬਹੁਤ, ਹੁਣ ਟੁੱਟਣਗੀਆਂ ਉਨੀ ਜਲਦੀ, ਔਰ ਬਹੁਤ ਟੇਸਟੀ ਬਣ ਗਈਆਂ। ਤੁਸੀਂ ਵੀ ਜ਼ਰੂਰ ਇੱਦਾਂ ਬਣਾਓ ਅਤੇ ਆਪਣਾ ਐਕਸਪੀਰੀਅੰਸ ਦੱਸੋ ਤੁਹਾਡੀਆਂ ਕਿੱਦਾਂ ਦੀਆਂ ਬਣੀਆਂ ਨੇ। ਮਿਲਦੇ ਹਾਂ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ, ਬਾਏ ਬਾਏ।